ਮੁੱਦਾ ਚੱਲ ਰਿਹਾ। ਛੇ ਸੌ ਚਾਲੀ ਟਰੈਕਟਰ ਆ, ਜ਼ਮੀਨ ਘਾਸ ਫੂਸ ਬੜਾ ਸੀ ਇਹਦੇ 'ਚ, ਅਸੀਂ ਜਵਾਰ ਮਕਈ ਜਿਹੜੀ ਉਹ ਕਾਸ਼ਤ ਕਰਾਂਗੇ, ਉਹਦੇ ਵਾਸਤੇ ਅਸੀਂ ਰੈਡੀ ਕਰਨ ਡੇ ਹਾਂ। ਲੇਕਿਨ ਉੱਤੋਂ ਮੌਸਮ ਵੀ ਖਰਾਬ ਹੈ ਇਸ ਟਾਈਮ। ਬਹਰਹਾਲ ਅੱਲਾ ਬਿਹਤਰ ਕਰੇਗਾ ਇਨਸ਼ਾਅੱਲਾ। ਇਹ ਸਾਡਾ ਮੈਂਗੋ ਦਾ ਬੂਟਾ ਹੈ, ਅੰਬ ਦਾ, ਅਤੇ ਠੀਕ ਹੈ ਜੀ। ਇਹਦੇ ਮਕਈ ਅਸੀਂ ਕਾਸ਼ਤ ਕਰਾਂਗੇ ਹਾਈਬ੍ਰਿਡ, ਅਤੇ ਇਸ ਦਫ਼ਾ ਹੀ ਪਿਛਲੀ ਦਫ਼ਾ ਕੀਤੀ ਸੀ, ਕੁਛ ਘਾਸ ਫੂਸ ਦੀ ਵਜ੍ਹਾ ਤੋਂ ਹੋਈ ਨਹੀਂ ਸੀਗੀ, ਲੇਕਿਨ ਐਤਕਾਂ ਦੁਬਾਰਾ ਫਿਰ ਅਸੀਂ ਇਹਨੂੰ ਰੈਡੀ ਕਰਕੇ ਅਤੇ ਕਾਸ਼ਤ ਕਰਾਂਗੇ। ਬਹੁਤ ਬਿਹਤਰੀਨ ਫਸਲਾਂ ਨੇ ਮਾਸ਼ਾਅੱਲਾ, ਬਾਰਿਸ਼ਾਂ ਨੇ ਬੜੀ ਸੋਹਣੀ ਰੌਣਕ ਲਾ ਦਿੱਤੀ ਹੈ, ਅਤੇ ਛੇ ਸੌ ਚਾਲੀ ਟਰੈਕਟਰ ਆ, ਬਹੁਤ ਅੱਛੀ ਪਰਫੋਰਮੈਂਸ ਹੈ ਇਹਦੀ ਰੂਟੇ ਵਾਸਤੇ, ਬਿਹਤਰੀਨ ਆ। ਇੰਜੋਏ ਕਰੋ ਤੁਸੀਂ, ਅਤੇ ਸਾਡੇ ਯੂਟਿਊਬ ਚੈਨਲ ਨੂੰ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਨਾ। ਹਿੱਟ ਰਿਵਿਊ ਯੂਟਿਊਬ ਚੈਨਲ, ਅੱਜ ਅਸੀਂ ਰੂਟੇ ਦਾ ਰਿਵਿਊ ਲੈ ਕੇ ਆਏ ਹਾਂ ਆਪਣੀਆਂ ਜ਼ਮੀਨਾਂ 'ਚ ਤੁਹਾਡੇ ਲਈ। ਇਹਦੇ 'ਚ ਅਸੀਂ ਮਕਈ ਕਾਸ਼ਤ ਕਰਾਂਗੇ, ਅਤੇ ਉਹਦੇ ਵਾਸਤੇ ਅਸੀਂ ਰੂਟਾ ਮਾਰਿਆ, ਉਹ ਤੋਂ ਬਾਅਦ ਅਸੀਂ ਹਲ ਚਲਾਵਾਂਗੇ, ਇਹਦੇ 'ਚ ਫਿਰ ਹਲ ਸੁਆਗਾ ਕਰਾਂਗੇ, ਉਹਦੇ ਤੋਂ ਬਾਅਦ ਫਿਰ ਅਸੀਂ ਇਹਦੇ ਖੇਲਾਂ ਬਣਾਵਾਂਗੇ, ਬੈੱਡ ਬਣਾਵਾਂਗੇ, ਛੋਟੇ ਬੈੱਡ ਬਣਾਵਾਂਗੇ। ਉਹ ਤੋਂ ਬਾਅਦ ਹੱਥ ਨਾਲ ਇਹਦੇ 'ਚ ਮਤਲਬ ਚੋਕ ਕਰਾਂਗੇ, ਹੱਥ ਨਾਲ ਇਹਦੇ 'ਚ ਅਪਲਾਈ ਕਰਾਂਗੇ, ਉਹਨੂੰ ਕਾਸ਼ਤ ਕਰਾਂਗੇ, ਤਾਂ ਕਿ ਪਾਣੀ ਦੀ ਜਿਹੜੀ ਮਿਕਦਾਰ ਆ ਉਹ ਘੱਟ ਯੂਜ਼ ਹੋਵੇ।
ਵਿੱਚ ਮਿਸਟੇਕ ਆ, ਇਸ ਕਰਕੇ ਡਰਾਈਵਰ ਸਾਹਿਬ ਉਤਰ ਕੇ ਸੈਟਿੰਗ ਕਰਨ ਡਏ ਉਹਨੂੰ। ਅਤੇ ਬਾਕੀ ਨੈਕਸਟ ਅਗਲੇ ਵਲੋਗ 'ਚ ਤੁਹਾਨੂੰ ਦਿਖਾਉਂਦੇ ਹਾਂ ਇਨਸ਼ਾਅੱਲਾ।